ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਾਫੀ ਟਾਈਮ ਹੋ ਗਿਆ ਕੋਈ ਵਲੌਗ ਬਣਾਇਆ ਨਹੀਂ ਸੀ। ਜਦ ਦੇ ਛੁੱਟੀਆਂ ਤੋਂ ਆਏ ਸੀ ਤਾਂ ਕੰਮ 'ਤੇ ਬਿਜ਼ੀ, ਉੱਤੋਂ ਮੈਂ ਮਾੜਾ ਕੇ ਬਿਮਾਰ ਪੈ ਗਿਆ ਕਿਉਂਕਿ ਮੈਂ ਕੋਵਿਡ ਦਾ ਟੀਕਾ ਲਵਾਇਆ ਤਾਂ ਕਰਕੇ ਦੂਜਾ ਡੋਜ਼ ਸੀ, ਉਹਦੇ ਕਰਕੇ ਮੈਨੂੰ ਬੁਖਾਰ ਜਿਹਾ ਚੜ ਗਿਆ। ਬੁਖਾਰ ਚੜਨ ਤੋਂ ਬਾਅਦ ਵਿੱਚ ਫਿਰ ਮੇਰੇ ਜਿੱਦਾਂ ਸਰੀਰ 'ਤੇ ਦਾਣੇ ਦਾਣੇ ਜਿਹੇ ਨਿਕਲੇ ਆ, ਫਿਰ ਮੇਰੀਆਂ ਕੰਮ 'ਤੇ ਵੀ ਛੁੱਟੀਆਂ। ਹੁਣ ਛੁੱਟੀਆਂ 'ਤੇ ਹਾਂ ਪੂਰਾ ਹਫ਼ਤਾ ਆਪਾਂ, ਡਾਕਟਰ ਫਿਰ ਕਹਿੰਦਾ ਕੰਮ 'ਤੇ ਨਾ ਜਾਈ ਤਾਂ ਨਾਣ ਧੋ ਵੀ ਨਹੀਂ ਸਕਦਾ ਕਿਉਂਕਿ ਫਿਰ ਪਾਣੀ ਪੈਣਾ, ਉਹ ਕਹਿੰਦੇ ਫਿਰ ਪੱਸ ਭਰ ਸਕਦੀ ਆ। ਅਤੇ ਫਿਰ ਮੈਂ ਪੁੱਛਿਆ, ਮੈਂ ਕਿਹਾ ਇਹ ਕੀ ਚੱਕਰ? ਫਿਰ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਵੈਕਸੀਨ ਥੋੜ੍ਹੀ ਬਹੁਤੀ ਰਿਐਕਸ਼ਨ ਕਰ ਸਕਦੀ ਆ ਕਈਆਂ ਨੂੰ, ਹੈ ਨਾ, ਸਰੀਰ 'ਤੇ ਡਿਪੈਂਡ ਹੁੰਦਾ ਵਾ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਪਹਿਲਾਂ ਵੀ ਮੇਰੇ ਮੋਦਰਨਾ ਲੱਗੀ ਹੋਈ ਆ, ਦੂਜੀ ਵਾਰੀ ਵੀ ਮੋਦਰਨਾ, ਤਾਂ ਪਹਿਲਾਂ ਮੈਨੂੰ ਕੁਛ ਨਹੀਂ ਹੋਇਆ, ਨਾ ਮੈਨੂੰ ਬੁਖਾਰ, ਸਿਰਫ ਬਾਹੀਂ ਦਰਦ ਕਰਦੀ ਸੀ, ਉਸ ਤੋਂ ਬਾਅਦ ਮੈਂ ਸਹੀ ਰਿਹਾ। ਅਤੇ ਬਾਕੀ ਕਹਿੰਦੇ ਤੂੰ ਦਵਾਈ ਲੈ, ਹੈ ਨਾ, ਦਵਾਈ ਦਿੱਤੀ ਹੋਈ ਹੈ ਇੱਕ ਹਫ਼ਤੇ ਦੀ, ਉਹ ਖਾਣੀ ਆ ਅਤੇ ਰਾਤ ਨੂੰ ਤਾਂ ਸਵੇਰ ਨੂੰ। ਬਾਕੀ ਹੁਣ ਮੈਨੂੰ ਲੱਗਦਾ ਕਿ ਮੈਨੂੰ ਆਰਾਮ ਆਉਣ ਲੱਗਾ ਵਾ, ਅਤੇ ਦਾਣੇ ਜਿਹੇ ਘੱਟ ਗਏ ਆ, ਹੈਗੇ ਤਾਂ ਹੈ ਨਿੱਕੇ ਨਿੱਕੇ ਸੀ ਪਰ ਹੈਗੇ ਸੀ ਰੈੱਡ ਰੈੱਡ, ਹੁਣ ਹਲਕੇ ਹਲਕੇ ਫਿੱਕੇ ਫਿੱਕੇ ਪੈ ਰਹੇ ਆ। ਬਾਕੀ ਚਲੋ ਹੁਣ ਅਗਲੇ ਹਫ਼ਤੇ ਤੋਂ ਫਿਰ ਕੰਮ 'ਤੇ ਵੀ ਜਾਣਾ ਵਾ। ਅਤੇ ਬਾਕੀ ਫਿਰ ਮੈਂ ਤੁਹਾਨੂੰ ਆਹ ਸਾਰਿਆਂ ਨੂੰ ਦੱਸਣਾ ਸੀ, ਜਿਹੜਾ ਪਾਰਟ 3 ਆ ਨਾ, ਉਹ ਮੈਂ ਜਦੋਂ ਐਡਿਟ ਕੀਤੀ ਵੀਡੀਓ, ਘੰਟੇ ਦੀ ਵੀਡੀਓ ਬਣ ਗਈ ਸੀ, ਅਤੇ ਫਿਰ ਔਖਾ ਜਿਹਾ ਹੋ ਗਿਆ। ਫਿਰ ਮੈਂ ਸੋਚਿਆ ਨਾ ਕਿ ਉਹਨੂੰ ਐਪੀਸੋਡ ਬਣਾ ਦੇਵਾਂ ਪਾਰਟ 3 ਦੇ, ਹੁਣ ਮੈਂ 4 ਐਪੀਸੋਡ ਕਰਤੇ ਆ ਤਾਂ ਇੱਕ ਹੁਣ ਮੈਂ ਐਡਿਟ ਕਰਕੇ ਅਪਲੋਡ ਕਰ ਰਿਹਾ, ਤਾਂ ਬਾਕੀ ਵੀ ਐਡਿਟ ਹੋ ਗਿਆ ਤਕਰੀਬਨ, ਥੋੜ੍ਹੇ ਟਾਈਮ ਤੱਕ ਉਹ ਵੀ ਛੱਡ ਦੇਣੇ, ਤੁਹਾਨੂੰ ਮੈਂ ਦਿਖਾ ਦਿੰਦਾ। ਹਾਂ ਵੇਖੋ, ਹਾਂਜੀ ਹਾਂ ਵੇਖੋ, 12% ਹੋ ਗਿਆ ਪਾਰਟ 3 ਦਾ ਐਪੀਸੋਡ 1 ਨੰਬਰ ਵੈਨੋ ਅੰਦ ਲਓ, ਅਤੇ ਸਾਰੇ ਜਣੇ ਜ਼ਰੂਰ ਵੇਖ। ਵੀਡੀਓ 'ਤੇ ਹੋ ਰਿਹਾ ਹੁਣ ਕੰਮ, ਉਹ ਹੋ ਰਹੀ ਹੈ ਐਡਿਟ ਆ ਵੀ, ਅਤੇ ਬਾਕੀ ਇੱਧਰ ਅਪਲੋਡ ਵੀ ਹੋ ਰਹੀ ਆ, ਹੋ ਗਈ ਆ ਆਪਣੀ 20% ਹੋ ਗਈ ਆ। ਥੋੜ੍ਹਾ ਜਿਹਾ ਨੈੱਟ ਹੌਲੀ ਚੱਲਦਾ ਵਾ, ਟੈਕਨੀਕ ਵਾਲਿਆਂ ਨੇ ਆਉਣਾ ਵਾ ਅਤੇ ਮਕੈਨਿਕ ਨੇ ਸੈੱਟ ਕਰਨ, ਸ਼ਾਇਦ ਮੋਡਮ ਸਹੀ ਕਰਨਾ ਪਵੇ ਕਿਉਂਕਿ ਫੀਵਰ ਆ ਵਾ, ਫੀਵਰੇ ਦੀ ਭਰ ਰਹੀ ਬਹੁਤ ਥੋੜ੍ਹੀ ਹੈ ਨਾ, 20 ਮਿੰਟ ਦੀ ਵੀਡੀਓ ਨੂੰ ਵੀ ਹੈ ਨਾ ਘੜਘੜ ਅੱਧੀ ਅੱਧੀ ਦਿਹਾੜੀ ਲੱਗ ਜਾਂਦੀ ਆ। ਅਤੇ ਬਾਕੀ ਹੁਣ ਮੈਂ ਬੋਰ ਹੋ ਰਿਹਾ, ਮੈਂ ਸੋਚਦਾ ਹੈ ਨਾ, ਆਨਾ ਵੀ ਗਈ ਆਪਣੀ ਕਜ਼ਨ ਦੇ ਕਿ ਮੈਂ ਬਾਹਰ ਕੈਮਰਾ ਲਾ ਦੇਵਾਂ ਕਿਉਂਕਿ ਇੱਥੇ ਸਾਡੇ ਬਿੱਲੀ ਆ ਜਾਂਦੀ ਆ, ਬਹੁਤ ਦੁਖੀ ਕਰਦੀ, ਉਹਨੇ ਗਮਲੇ 'ਚ ਮਿੱਟੀ ਮੁੱਟੀ ਇੱਧਰ ਉੱਧਰ ਕਰ ਦਿੰਦੀ ਆ, ਅਤੇ ਮੈਂ ਦੇਖਣਾ ਵਾ ਕਿ ਕਿਹਦੀ ਬਿੱਲੀ ਆ, ਤਾਂ ਬਾਅਦ 'ਚ ਬੰਦਾ ਸ਼ਿਕਾਇਤ ਵਾਲਾ ਬਣਦਾ। ਉਹ ਅੱਗੇ ਕੁੜੀ ਨੂੰ ਕਿਹਾ ਸੀ ਉੱਪਰ ਵਾਲੀ ਨੇ ਤੁਹਾਡੀ ਬਿੱਲੀ ਹੈ ਕਿਉਂਕਿ ਮੈਂ ਆਪਣੇ ਅੱਖਾਂ ਰਾਹੀਂ ਦੇਖਿਆ, ਕਹਿੰਦੀ ਨਹੀਂ ਥੱਲੇ ਵਾਲੀ ਦੀ ਬਿੱਲੀ ਹੋਣੀ, ਮੈਂ ਕਿਹਾ ਨਹੀਂ ਮੈਂ ਤੇਰੀ ਬਿੱਲੀ ਦੇਖੀ ਆ। ਫਿਰ ਮੈਂ ਸੋਚਿਆ ਨਾ ਕੈਮਰਾ ਆਪਾਂ ਕੋਲ ਪਿਆ ਹੋਇਆ ਵਾ ਕਿ ਆਪਾਂ ਅੱਜ ਅਟੈਚ ਕਰ ਦੇਣਾ ਬਾਹਰ, ਅਤੇ ਰਾਤ ਨੂੰ ਜੇ ਕਿਤੇ ਆਈ ਨਾ ਉਹਦੀ ਵੀਡੀਓ ਬਣਾ ਕੇ ਨਾ, ਤਾਂ ਫਿਰ ਉਹਦੇ ਮਾਲਕਾਂ ਨੂੰ ਦਿਖਾਉਣੀ ਆ, ਦੇਖ ਲਾ ਕੀ ਕਰਦੀ ਆ ਨਾ ਤੇਰੀ ਬਿੱਲੀ, ਹੈ ਨਾ, 5-6 ਵਾਰ ਹੋ ਗਿਆ ਨਾ, ਬੰਦਾ ਦੁਖੀ ਹੋ ਜਾਂਦਾ ਵਾ। ਅਤੇ ਹੁਣ ਫਿਰ ਆਪਾਂ ਕੈਮਰਾ ਲੱਭਦੇ ਹਾਂ ਤਾਂ ਫਿਰ ਉਹਨੂੰ ਅਟੈਚ ਕਰਕੇ ਨਾ ਧਾਗਾਂ ਦੇ ਉੱਤੇ ਲਾਉਂਦੇ ਹਾਂ, ਫਿਰ ਮੈਂ ਦੇਖਦਾ ਕੌਣ ਆ, ਫਿਰ ਪਕੜਦੇ ਹੈ ਚੋਰ। ਚਲੋ ਵੀ ਹੁਣ ਕਰਦੇ ਹਾਂ ਕੁਛ ਮਾੜਾ ਮੋਟਾ ਨਾ ਘਰ ਦਾ ਕੰਮ। ਹਾਂਜੀ ਮਿੱਤਰੋ, ਕੈਮਰਾ ਮਿਲ ਗਿਆ ਆਪਾਂ ਨੂੰ, ਜਿੱਦਣ ਦਾ ਲੈ ਕੇ ਆਇਆ ਸੀ ਉਹ ਤੋਂ ਯੂਜ਼ ਹੀ ਨਹੀਂ ਕੀਤਾ ਸੀ। ਆਹ ਵਾ ਕੈਮਰਾ, ਉਹ ਇਹਦਾ ਨਾਮ ਹੈਗਾ PC 7730 ਆਊਟਡੋਰ ਸਕਿਉਰਿਟੀ ਕੈਮਰਾ। ਬਾਕੀ ਮੈਂ ਤੁਹਾਨੂੰ ਦਿਖਾਉਂਦਾ ਚੰਗੀ ਤਰ੍ਹਾਂ। ਹਾਂਜੀ ਇਹ ਦੇਖੋ, ਬਾਕੀ ਆਪਣਾ ਕੈਮਰਾ ਇਹ ਹੁਣ ਔਨ ਆ, ਚੱਲਦਾ ਪਿਆ ਵਾ ਕਿਉਂਕਿ ਮੈਂ ਆਪਣੇ ਫੋਨ ਵਿੱਚ ਹੀ ਸਾਰਾ ਕਨੈਕਟ ਕੀਤਾ ਹੋਇਆ ਨਾ, ਹੁਣ ਫੋਨ ਰਾਹੀਂ ਵੀਡੀਓ ਬਣਾ ਰਿਹਾ ਵਾ, ਨਹੀਂ ਤਾਂ ਹੁਣ ਆਪਾਂ ਇਹਨੂੰ ਕੰਪਿਊਟਰ ਨਾਲ ਐਡ ਕਰ ਲੈਣਾ, ਫਿਰ ਆਪਾਂ ਕੰਪਿਊਟਰ 'ਤੇ ਦੇਖਿਆ ਕਰਾਂਗੇ। ਬਾਕੀ ਹੁਣ ਆਪਾਂ ਫਿਟਿੰਗ ਕਰਦੇ ਹਾਂ ਇਹਦੀ। ਆਹ ਸਮਾਨ ਸਭ ਇਹਦੇ ਬੋਕਸ ਵਿੱਚੋਂ ਮਿਲਿਆ ਹੋਇਆ, ਇਹ ਫਿਰ ਆਪਾਂ ਪਹਿਲਾਂ ਲਾਉਣਾ ਵਾ ਕਿ ਆਪਾਂ ਨੂੰ ਪਤਾ ਲੱਗਿਆ ਨਾ ਕਿ ਆਹੀ ਪੋਜੀਸ਼ਨ 'ਤੇ ਆਪਾਂ ਸ਼ੇਅਰ ਕਰਨੇ ਆ। ਬਾਕੀ ਇਹ ਚਾਬੀ ਆ, ਇਹਨਾਂ ਆਪਾਂ ਇੱਥੋਂ ਮਾੜਾ ਢਿੱਲਾ ਕਰਨਾ ਵਾ, ਥੱਲੇ ਨੂੰ ਮਾੜਾ ਕਰਨਾ ਵਾ ਇਹਨੂੰ। ਬਾਕੀ ਇਹਦੇ ਵਿੱਚ ਗੱਟੀਆਂ ਤਾਂ ਪੇਚ ਵੀ ਆਪਾਂ ਯੂਜ਼ ਕਰਾਂਗੇ ਹੁਣ, ਅਤੇ ਮੈਂ ਮਾੜਾ ਕੇ ਬਾਅਦ ਦੇਖ ਕੇ ਆਇਆ ਕਿੱਥੇ ਕਰਾਉਣਾ, ਸੋਚ ਰਿਹਾ ਵਾ ਕਿੱਥੇ ਕੇ ਲਾਵਾਂ ਇਹਨੂੰ ਕਿਉਂਕਿ ਬਿੱਲੀ ਉੱਧਰੋਂ ਆਉਂਦੀ ਆ, ਤਾਂ ਜਿਹੜਾ ਪਿੱਛੇ ਗਮਲਾ ਪਿਆ ਨਾ ਜਿੱਥੇ ਬੋਤਲ ਪਈ ਆ, ਇਹਨੂੰ ਹੱਥ ਪਾਉਂਦੀ ਆ ਉਹ, ਆ ਵਿਖਾਉਂਦਾ ਉਹ। ਹੁਣ ਅਸੀਂ ਬੋਤਲ ਪਾਣੀ ਵਾਲੀ ਰੱਖੀ ਹੋਈ ਆ, ਕਹਿੰਦੇ ਫਿਰ ਬਿੱਲੀ ਪਾਣੀ ਨੂੰ ਦੇਖ ਡਰ ਜਾਂਦੀ ਆ, ਤਾਂ ਉਹਨੂੰ ਆਪਣੀ ਸ਼ਕਲ ਦੀ ਦੀ ਇਹਦੇ ਵਿੱਚ। ਆ ਤਾਂ ਦੇਖੋ ਮਿੱਟੀ ਮਿੱਟੀ, ਹੁਣ ਤਾਂ ਮੈਂ ਸਾਰਾ ਸਾਫ਼ ਕੀਤਾ ਹੋਇਆ ਵਾ, ਅਤੇ ਆਪਾਂ ਸੋਚਦੇ ਹਾਂ ਇੱਥੇ ਹੀ ਲਾ ਦਈਏ ਕੈਮਰਾ, ਉਸ ਤੋਂ ਬਾਅਦ ਫਿਰ ਇੱਥੇ ਪਲੱਗ ਲਾ ਦੇਣਾ ਉਹਦਾ, ਹੈ ਨਾ। ਬਾਕੀ ਬਿੱਲੀ ਇੱਧਰੋਂ ਆਉਂਦੀ ਆ, ਇਹ ਸਾਹਮਣੇ ਜਿਹੜੀ ਉੱਪਰ ਰਹਿੰਦੀ ਆ ਨਾ ਉਹਦੀ ਬਿੱਲੀ ਆ, ਅਤੇ ਇੱਥੋਂ ਆਉਂਦੀ ਆ ਉਹ ਕਦੀ ਕਦੀ। ਇੱਕ ਵਾਰ ਤਾਂ ਇਹ ਸੀਨ ਹੋਇਆ, ਮੈਂ ਰਾਤ ਨੂੰ ਆਇਆ ਲੇਟ, ਇੱਥੇ ਇਹਦੇ ਉੱਪਰ ਜਾਂਦੀ ਪਈ ਸੀ ਬਨੇਰੇ ਦੇ ਉੱਤੇ, ਉਹ ਇੱਦੀ ਕਰਦੀ ਕਰਦੀ ਉਹਦੇ ਪਿੱਛੇ ਚੜ ਗਈ, ਮੈਂ ਵੀ ਫਿਰ ਉੱਧਰੋਂ ਭੱਜਾ ਹੀ ਆਇਆ, ਉਹਨੂੰ ਡਰਾ ਦਿੱਤਾ, ਅਤੇ ਡਿੱਗਦੀ ਡਿੱਗਦੀ ਬਚੀ ਆ ਮੋਰੀਆਂ 'ਚ ਨਿਕਲ ਕੇ ਨਾ,
ਫੇਰ ਸਿੱਧੀ ਉਧਰ ਨੂੰ ਭੱਜ ਗਈ ਆਪਣੇ ਪੌੜੀਆਂ ਵਾਲ ਨੂੰ ਉੱਪਰ ਨੂੰ। ਤੇ ਹੁਣ ਫਿਰ ਆਪਾਂ ਕੈਮਰੇ ਦੀ ਫਿਟਿੰਗ ਕਰਦੇ ਆ। ਤਾਂ ਫਿਰ ਬਾਬਿਓ ਹੁਣ ਲੱਗਾ ਹੁਣ ਕੰਮ। ਮਿੱਤਰੋਂ ਕਰ ਲਿਆ ਕੈਮਰਾ ਅਟੈਚ, ਕੰਧ ਨਾ ਸੈੱਟ ਕਰ ਲਿਆ। ਹੁਣ ਦੇਖਣੀ ਆ ਤਾਰ ਉੱਥੇ ਤੱਕ ਪਹੁੰਚਦੀ ਆ ਜਾਂ ਨਹੀਂ ਪਹੁੰਚਦੀ ਆ। ਬਾਕੀ ਕਨੈਕਟ ਕਰਕੇ ਨਾ ਫਿਰ ਤੁਹਾਨੂੰ ਮੈਂ ਦੱਸਦਾ। ਨਾਤੀ ਧੋਤੀ ਰਹਿ ਗਈ, ਪੂੰਛ ਅਤੇ ਮੱਖੀ ਬਹਿ ਗਈ, ਉਹ ਕੰਮ ਹੋਇਆ ਹੁਣ ਮੇਰੇ ਨਾਲ। ਉਹ ਪੁੱਛੋ ਕਾਹਦੇ, ਚਲੋ ਮੈਂ ਤੁਹਾਨੂੰ ਦਿਖਾਉਂਦਾ ਬਾਹਰ ਜਾ ਕੇ। ਕੰਮ ਪੁੱਠਾ ਪੈ ਗਿਆ ਆਪਣਾ, ਕੈਮਰਾ ਦਾ ਹੋ ਗਿਆ ਆਪਣਾ ਫਿੱਟ, ਪਰ ਤਾਰ ਛੋਟੀ ਪੈ ਗਈ। ਇੱਥੇ ਫਿੱਟ ਕਰਕੇ ਨਾ ਇੰਨੇ ਕੁ ਤਾਰ ਰਹਿ ਗਈ ਆ। ਆਈ ਕਮ ਸੇ ਕਮ ਇੱਥੇ ਆਉਣੀ ਚਾਹੀਦੀ ਸੀ, ਆਲੇ ਪੁਆਇੰਟ ਤੱਕ ਆਉਣੀ ਚਾਹੀਦੀ ਸੀ। ਅਤੇ ਮੈਂ ਹੁਣ ਸੋਚ ਰਿਹਾ ਵਾ ਕੀ ਚੀਜ਼ ਲਾਈ ਜਾਵੇ ਇੱਥੇ। ਇਹ ਹੋ ਗਿਆ ਹੁਣ ਫਿੱਟ, ਹੁਣ ਤਾਰ ਛੋਟੇ ਪਈ ਆ। ਹੁਣ ਮੈਂ ਸੋਚ ਰਿਹਾ ਵਾ ਨਾ ਕਿ ਬਿਜਲੀ ਵਾਲੀ ਦੁਕਾਨ 'ਤੇ ਜਾ ਕੇ ਨਾ 1 ਮੀਟਰ ਜਾਂ 1.5 ਮੀਟਰ ਦੀ ਨਾ ਤਾਰ ਲਿਆ ਕੇ ਨਾ ਉਹਨੂੰ ਇੱਕ ਦੋਨੇ ਪਾਸੇ ਪਲੱਗ ਲਾ ਦੇਣੇ ਆ, ਅਤੇ ਇੱਕ ਪਲੱਗ ਅੰਦਰ ਅਟੈਚ ਕਰ ਦੇਣਾ, ਇੱਕ ਬਾਹਰ ਲਾ ਦੇਣਾ ਵਾ ਕਿ ਕਮ ਸੇ ਕਮ ਕੈਮਰਾ 'ਤੇ ਚੱਲੇ। ਹੁਣ ਤਾਂ ਮੈਥੋਂ ਜਾਣ ਦਾ ਮੂਡ ਹੈ ਨਹੀਂ ਬਿਲਕੁਲ ਵੀ ਬਾਹਰ ਦਾ, ਬਾਕੀ ਨਹੀਂ ਤਾਂ ਕੱਲ੍ਹ ਨੂੰ ਜਾ ਕੇ ਆਊਂਗਾ। ਫਿਰ ਕੱਲ੍ਹ ਫਿਰ ਆਪਾਂ ਫਿੱਟ ਓਕੇ ਕਰੀ ਦੇਣਾ, ਮਤਲਬ ਫਿੱਟ ਤਾਂ ਹੋਇਆ ਹੀ, ਬਸ ਟੈਚ ਹੀ ਕਰਨਾ ਆਪਣਾ ਬਿਜਲੀ ਨਾ, ਅਤੇ ਬਾਕੀ ਹੁਣ ਫਿਰ ਆਪਾਂ ਹੋਰ ਕੁਛ ਦੇਖਦੇ ਹਾਂ। ਕੰਮ ਤਾਂ ਸਿਰਫ ਇੱਕ ਹੀ ਰਹਿ ਗਿਆ ਵਾ ਕਿ ਭਾਂਡੇ ਮਾਂਜਣੇ ਆ, ਅਤੇ 2-3 ਪਲੇਟਾਂ ਵਾ ਹੁਣੀ ਆਪਾਂ ਐਂ ਕਰ ਦੇਣੀਆਂ ਸਾਫ਼। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ। ਮਿੱਤਰੋ ਲੱਗੇ ਹੁਣ ਭਾਂਡੇ ਮਾਂਜਣ, ਐਂ ਭਾਂਡੇ ਮਾਂਜਣੇ ਐਂ। ਪਹਿਲਾਂ ਕਰੀਏ ਇਹਨਾਂ ਨੂੰ ਸਾਫ਼, ਇਹਨਾਂ ਨੂੰ ਟਿਕਾ ਦੀਏ ਵੀ ਜਗ੍ਹਾ 'ਤੇ ਹੈ ਨਾ ਇਹਨਾਂ ਦੀਆਂ। ਜਿਵੇਂ ਮਿੱਤਰ ਕਿਹਾ ਸੀ ਨਾ ਐਂ ਭਾਂਡੇ ਮਾਂਜਣੇ ਆ, ਮਾਂਜਦੇ ਆ। ਉਹ ਚੀਜ਼ ਹੈਗੀ ਆ ਆਪਣਾ ਕੰਪਿਊਟਰ, ਆਪਣਾ ਮੈਕਬੁੱਕ, ਅਤੇ ਮੈਂ ਤੁਹਾਨੂੰ ਚੀਜ਼ ਦਿਖਾਉਂਦਾ ਇੱਥੇ। ਇੱਧਰ ਦੇਖੋ, ਇੱਧਰ ਹੋ ਰਿਹਾ ਵਾ ਪਾਰਟ 3 ਦਾ ਫਸਟ ਐਪੀਸੋਡ ਅਪਲੋਡ। ਥੋੜ੍ਹੀ ਜਿਹੀ ਆ ਨੈੱਟ ਦੀ ਸਪੀਡ ਘੱਟ ਆ, ਤਾਂ ਕਰਕੇ ਹਲੇ 87% ਹੀ ਹੋਇਆ, 29 ਮਿੰਟ ਤੱਕ ਹੋ ਜਾਣਾ ਵੀ ਰੈਡੀ। ਉਹ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਣਾ ਸੀ ਪਾਰਟ 1, 2, 3 ਉਹ ਸਹੀ ਸੀ, ਜਿਹੜਾ 4 ਆ ਉਹ 'ਤੇ ਆਪਾਂ ਨਾ ਕੋਈ ਪਿੱਛੇ ਕਮੈਂਟਰੀ ਨਹੀਂ ਕੀਤੀ ਸੀ, ਤਾਂ ਕਰਕੇ ਆਪਾਂ ਉਹ 'ਤੇ ਆਪਾਂ ਹੁਣ ਇਹ ਕਲਿੱਪ ਔਨ ਕਰਦੇ ਆ ਅਤੇ ਇਹ ਲਾ ਦਿੱਤੇ ਆ। ਅਤੇ ਮੈਂ ਤੁਹਾਨੂੰ ਦਿਖਾਉਂਦਾ ਮਾੜਾ ਕਾ ਝਲਕ ਜਿਹਾ ਇਹਦਾ ਵੀਡੀਓ ਦਾ। ਹਾਂਜੀ, ਵੇਖੀ ਚੱਲੀਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਾਰਟ 3 ਦੇ ਐਪੀਸੋਡ 4 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਪੀਸੋਡ 4 ਵਿੱਚ ਮੈਂ ਬਹੁਤ ਘੱਟ ਕਮੈਂਟਰੀ ਕੀਤੀ ਆ, ਬਸ ਇੰਨਾ ਕੁ ਦਿਖਾਉਣਾ ਵਾ, ਬਾਕੀ ਪੂਰੀ ਵੀਡੀਓ ਦੇਖਿਓ ਤੁਸੀਂ ਫੁੱਲ ਜਦੋਂ ਅਪਲੋਡ ਕੀਤੀ ਜਾਣਗੀ। ਹਾਂਜੀ ਮਿੱਤਰੋ, ਵੀਡੀਓ ਹੋ ਜਾਣੀ ਕਾਫੀ ਵੱਡੀ, ਫਿਰ ਤੁਸੀਂ ਪੂਰੀ ਦੇਖਦੇ ਵੀ ਨਹੀਂ ਹੈਗੇ ਹੈ ਨਾ,
पहला दूजा ब्लॉग वो भी बहुत घट व्यू होया, मैं उम्मीद सी कि बहुत ज़्यादा व्यू होगे पर तुसी देखते दे नहीं तां करके आपां हुण वीडियो नूं आपां इत्थे एंड कर देना वा कि जिदन आपां तार लेके आवांगे फिर आपां उस दिन तुहानूं दिखा देवांगे नैक्सट वीडियो विच कि आपां कैमरा फिट कर लिया ऑन कर लिया कि कीड़ी बिल्ली कीड़ी नहीं तो बिल्ली ऐद की आपां फड़ांगे रंगे हत्थी बांधी आपां पूरे सबूतां नाल पेश करने आ उहदे मालकां को भाई तुहाडी बिल्ली आ। बाकी फिर अज्ज दी वीडियो आपां इत्थे बंद करते हैं। सत श्री अकाल जी, चंगा जी।